اللهم بارك على محمد كما باركت على ابراهيم وعلى ال ابراهيم انك حميد مجيد. الصلاة والسلام عليك يا رسول الله وسلم عليك يا حبيب الله وعلى آلك وصحابك وسلم عليك يا خاتم النبيين يا رحمة للعالمين يا شفيع المذنبين. الحمد لله الحمد لله رب العالمين والعاقبة للمتقين الصلاة والسلام على سيد الأنبياء والمرسلين وخاتم النبيين نور أول والآخرين راحت العاشقين ومراد المشتاقين در المكنون وسر المخزون محمد المصطفى صلى الله عليه وآله الطيبين الطاهرين وأصحاب المكرمين المعظمين أولياء أمته وعلماء ملته أجمعين أما بعد فأعوذ بالله من الشيطان الرجيم بسم الله الرحمن الرحيم قد جاءتكم موعظة من ربكم وشفاء لما في الصدور هدى ورحمة للمؤمنين قل بفضل الله وبرحمته فبذلك فليفرحوا هو خير مما يجمعون آمنت بالله صدق الله العظيم وصدق رسوله النبي الكريم الأمين ونحن على ذلك لمن الشاهدين والشاكرين والحمد لله رب العالمين بندہ پروردگارم امت احمد نبی دوست دار چار یارم تابع اولاد علی مذہب حنفیہ دارم ملت حضرت خلیل خاک پائے غوث اعظم زیر سایہ ہر ولی نہ کوئی بول کولڑا بول بیٹھی نہ کوئی بول کولڑا بول بیٹھی ہوندے خسم نراز بڑ بولیاں دے جیڑیاں خسماں دی وچ رضا راضی کم سمر جاندے اونا گولیاں دے بولی کان تے کوئل دی دس دیئے بڑے فرق ہوندے وچ بولیاں دے بے شرمانوں ملن سردار دھکے شرمان والیاں نو جھوٹے ڈولیاں دے سب دے مولا تو سنے فریاداں تیرے کل سوالی رحمت دے دروازے وچوں ساڈے ہاتھ نہ موڑی کھالی رحمت دا دریا پیا وگدا ہر دم مولا تیرا ایک قطرہ جے بخشیں سانوں کچھ نہیں گھٹدا تیرا کی منگاں
ਕਿਹੜੇ ਮਾਣ ਤੇ ਮੰਗਾ ਤੇ ਕੀ ਮੇਰੇ ਵਿੱਚ ਮੇਰਾ, ਬਿਨ ਮੰਗਿਆ ਜੇ ਤੂੰ ਦੇ ਦੇਵੇਂ ਕੁਝ ਨਹੀਂ ਘਟਦਾ ਤੇਰਾ। ਤੌਬਾ ਤੋੜੀਆਂ ਬਾਜ ਸਾਬੂ ਮੌਲਾ, ਤੌਬਾ ਤੋੜੀਆਂ ਬਾਜ ਸਾਬੂ, ਫਿਰ ਵੀ ਤੌਬਾ ਮੇਰੀ ਮੇਰੇ ਆਇਬਾਂ ਨਾਲੋਂ। ਯਾ ਰੱਬ ਵਾਫਰ ਰਹਿਮਤ ਤੇਰੀ। ਸੋਹਣੀਆਂ ਸ਼ਾਨਾ ਵਾਲਾ ਸੋਹਣਾ ਤੇ ਹਰ ਸੋਹਣੇ ਥੀ ਸੋਹਣਾ, ਐਡੀਆਂ ਉੱਚੀਆਂ ਸ਼ਾਨਾ ਵਾਲਾ ਨਾ ਹੋਇਆ ਨਾ ਹੋਣ। ਸਭ ਤਾਰੀਫਾਂ ਹਮਦਾ ਸਨਾਵਾਂ ਇਬਾਦਤਾਂ ਬਜ਼ੁਰਗੀਆਂ ਵਾਸਤੇ ਅੱਲਾਹ ਤਾਲਾ ਦੇ ਜੋ ਲਾਇਕ ਇਹਨਾਂ ਸ਼ਾਨਾਂ ਦੇ। ਅੱਲਾ ਪਾਕ ਵਾਹਦਹੂ ਲਾ ਸ਼ਰੀਕ ਦੀ ਹਮਦੋ ਸਨਾ ਦੇ ਬਾਅਦ ਅੱਲਾ ਦੇ ਪਿਆਰੇ ਮਹਿਬੂਬ ਮਤਲੂ ਮਕਸੂਦ ਨਬੀ ਮੁਕਰਮ ਨੂਰ ਮੁਜੱਸਮ ਰਹਿਮਤ ਆਲਮ ਸ਼ਫੀ ਮੁਅੱਜ਼ਮ ਜਾਨ ਆਲਮ ਸੱਲੱਲਾਹੁ ਅਲੈਹਿ ਵਸੱਲਮ ਦੀ ਬਾਰਗਾਹਲੀ ਦੇ ਅੰਦਰ ਬੇਹੱਦ ਦਰੂਦ ਸਲਾਮ ਅਸਲਾਤ ਵਸਲਾਮ ਅਲੈਕ ਯਾ ਰਸੂਲ ਅੱਲਾ ਵਸਲਮ ਅਲੈਕ ਯਾ ਹਬੀਬ ਅੱਲਾ ਵਾਲਾ ਆਲਿਕਾ ਵਸਹਾਬਿਕਾ ਵਸਲਮ ਅਲੈਕ ਯਾ ਮਹਿਬੂਬ ਅੱਲਾ। ਅੱਲਾ ਪਾਕ ਦੇ ਨੇਕ ਬੰਦਿਆਂ ਅਤੇ ਅੱਲਾ ਦੀ ਰਹਿਮਤਾਂ ਅਤੇ ਬਖਸ਼ਿਸ਼ਾਂ ਬਰਕਤਾਂ ਮੇਰੀ ਤਰਫੋਂ ਤਮਾਮ ਦੋਸਤਾਂ ਨੂੰ। ਅਸਲਾਮੁ ਅਲੈਕੁਮ ਵਰਹਮਤੁਲਾਹਿ ਵਬਰਕਾਤੁਹੁ। ਅੱਲਾ ਕਰੀਮ ਦੀ ਜ਼ਾਤ ਦਾ ਸ਼ੁਕਰ ਹੈ ਜਿਸ ਨੇ ਤੁਹਾਨੂੰ ਸਾਨੂੰ ਰਲ ਮਿਲ ਕੇ ਬਹਿ ਕੇ ਆਪਣਾ ਔਰ ਆਪਣੇ ਪਿਆਰਿਆਂ ਦਾ ਜ਼ਿਕਰ ਕਰਨ ਤੋਂ ਸੁਣਨ ਦੀ ਤੌਫੀਕ ਅਤਾ ਫਰਮਾਏ। ਅਜ਼ੀਜ਼ਾਨ ਗ੍ਰਾਮੀ, ਉਹ ਬੜਾ ਖੁਸ਼ਕਿਸਮਤ ਬੰਦਾ ਹੈ ਜਿਹੜਾ ਮਹਿਬੂਬ ਦੀ ਮਹਿਫਲ 'ਚ ਆਇਆ ਹੈ। ਉਹ ਬੜਾ ਖੁਸ਼ਕਿਸਮਤ ਬੰਦਾ ਹੈ ਜਿਸ ਨੇ ਮਹਿਫਲ ਦਾ ਰੰਗ ਸਜਾਇਆ ਹੈ। ਔਰ ਖਾਸ ਅੱਲਾ ਦੀ ਮਿਹਰਬਾਨੀ ਹੈ, ਮੇਰੇ ਆਕਾ ਦਾ ਕਰਮ ਹੈ ਕਿ ਮਸਜਿਦ ਮਹਿਬੂਬ ਅਲੈਹਿ ਸਲਾਤ ਸਲਾਮ ਦੇ ਜ਼ਿਕਰ ਦੇ ਨਾਲ ਗੂੰਜਦੀ ਪਈ ਹੈ। ਔਰ ਜਿਸ ਤਰ੍ਹਾਂ ਇੱਥੇ ਫਿਲਮ ਬਣ ਰਹੀ ਹੈ, ਇਹ ਮਹਿਰਸ਼ਾਂ 'ਤੇ ਵੀ ਬਣ ਰਹੀ ਹੈ। ਔਰ ਇਹ ਦਿਨ ਕਿਆਮਤ ਦੇ ਵਿਖਾਈ ਜਾਏਗੀ ਤੁਸੀਂ ਕਿਹੜੇ ਕਿਹੜੇ ਬੰਦੇ ਆਏ, ਕਿਤਨੇ ਆਏ, ਕਿਵੇਂ ਆਏ, ਕਿਹੋ ਜਿਹੇ ਆਏ, ਇਹ ਸਾਰਿਆਂ ਦਾ ਨਾਮੋ ਨਿਸ਼ਾਨ ਉੱਥੇ ਕਾਇਮ ਕੀਤਾ ਜਾਏਗਾ। ਇਸ ਵਾਸਤੇ ਮੇਰੇ ਦੋਸਤੋ, ਹੁਸ਼ਿਆਰ ਹੋ ਕੇ ਬਹਿਣਾ, ਜਾਗ ਕੇ ਬੈਠਣਾ, ਗੱਲ ਸੁਣਨੀ, ਥੋੜ੍ਹਿਆਂ ਦਾ ਗਵੇੜ ਨਹੀਂ ਕਰਨਾ, ਉਹਦੇ ਕਰਮ ਦੀ ਲੋੜ ਹੈ। ਉਹਦਾ ਕਰਮ ਹੋ ਜਾਏ ਤਾਂ ਸੁਭਾਨਾ। ਇਸ ਵਾਸਤੇ ਮੈਂ ਚੰਦ ਮਿੰਟ ਵਾਸਤੇ ਇਨਸ਼ਾਅੱਲਾ ਜ਼ਰਾ ਬਹੁ ਜ਼ਿਆਦਾ ਤਕਰੀਰ ਕੋਈ ਨਹੀਂ ਕਰਨੀ, ਮੇਰੀ ਸਿਹਤ ਠੀਕ ਨਹੀਂ। ਗੁਜ਼ਾਰਿਸ਼ ਇਹ ਹੈ, ਅਸੀਂ ਸੁੰਨੀ ਮੁਸਲਮਾਨ ਹਾਂ, ਅਸੀਂ ਸੁੰਨੀ ਮੁਸਲਮਾਨ ਹਾਂ, ਬਾਕੀ ਸਾਰੇ ਮੁਸਲਮਾਨ ਨੇ, ਅਸੀਂ ਮੁਸਲਮਾਨ ਹਾਂ, ਮਗਰ ਅਸੀਂ ਆਏ ਅਹਿਲੇ ਸੁੰਨਤ ਵਾ ਜਮਾਤ ਮੁਸਲਮਾਨ। ਜਿਵੇਂ ਸਾਡੇ ਸੁੰਨੀ ਹੋਣ ਦਾ ਸਬੂਤ ਕੁਰਾਨ ਔਰ ਹਦੀਸ ਹੈ, ਜਿਵੇਂ ਕਿਸੇ ਮਜ਼ਹਬ ਦਾ ਕੋਈ ਨਹੀਂ। ਇਹ ਮੈਂ ਇੱਥੇ ਗੱਲ ਨਹੀਂ ਕਰਦੇ, ਬੜੀ ਦੂਰ ਤੱਕ ਜਾ ਰਹੀ। ਕਈ ਬੰਦੇ ਨੇ ਜਿਹੜੇ ਚਾਰ ਕੰਨ ਲਾ ਕੇ ਮੇਰੀ ਗੱਲ ਸੁਣ ਰਹੇ ਨੇ ਵੀ ਕੀ ਗੱਲ ਕਰਦਾ, ਪਤਾ ਲੱਗੇ ਮੌਲੀ ਸਾਹਿਬ ਕੀ ਆ ਦੇ। ਸਾਡੇ ਮਸਲਕ ਅਤੇ ਮਜ਼ਹਬ ਰੰਗਾ ਕਾਇਨਾਤ 'ਚ ਰੱਬ ਨੇ ਮਜ਼ਹਬ ਬਣਾਇਆ ਹੀ ਕੋਈ। ਇਹ ਮੌਜ ਦੀ ਗੱਲ ਹੈ ਜੋ ਆਪਣੀ ਆਪੇ ਕੋਈ ਖਿਚੜੀ ਪਕਾ ਪਵੇ ਅਤੇ ਆਪੇ ਮੌਜਾਂ ਮਣ ਰੱਖੇ, ਆਪੇ ਮੈਂ ਰੱਜੀ ਪੂਜੀ ਅਤੇ ਆਪੇ ਮੇਰੇ ਬੱਚੇ ਜੀਵਣ, ਉਹ ਤਾਂ ਆਪਦੀ ਮੌਜ ਦੀ ਬਾਤ ਹੈ। ਸਭ ਤੋਂ ਪਹਿਲੇ ਮਸਲਾ, ਜਿਤਨੇ ਮਸਲਕ ਦੇ ਸਾਡੇ ਮਜ਼ਹਬ ਦੇ ਜਿਤਨੇ ਅਕੀਦੇ ਦੀਆਂ ਬਾਤਾਂ ਨੇ, ਇਹ ਸਾਰੀਆਂ ਕੁਰਾਨ ਔਰ ਹਦੀਸ 'ਚ ਹਨ। ਅੱਲਾ ਦੇ ਨਬੀ ਕਰੀਮ ਤੇਰੇ ਅਤੇ ਮੇਰੇ ਪਿਆਰੇ ਮਹਿਬੂਬ ਸਾਹਬਾ ਅਖਬਾਰ ਪੁੱਛਦੇ ਨੇ, ਯਾ ਰਸੂਲ ਅੱਲਾ ਮਿਹਰਬਾਨੀ ਫਰਮਾਓ, 1,24,000 ਕਮੋ ਪੇਸ਼ ਅੰਬੀਆ ਅਲੈਹਿ ਸਲਾਮ ਨੇ, ਅਤੇ ਹਰ ਪੈਗੰਬਰ ਦੀ ਉਮਤ ਹੈ, ਥੋੜ੍ਹੀ ਹੋਵੇ ਬਹੁਤੀ ਹੋਵੇ, ਮਾਸ਼ਰ ਦਿਨ ਹਸ਼ਰ ਦੇ ਦਿਨ ਇਤਨੀ ਮਖਲੂਕ ਹੋਏਗੀ ਅਤੇ ਕਿਵੇਂ ਪਤਾ ਲੱਗੇਗਾ ਵੀ ਅਸੀਂ ਆਖਰੀ ਨਬੀ ਦੇ ਉਮਤੀ ਹਾਂ। ਇਤਨੀ ਮਖਲੂਕ 'ਚ ਵੀ ਤੁਹਾਨੂੰ ਸਮਝ ਆ ਗਈ ਨਹੀਂ, ਆਦਮ ਅਲੈਹਿ ਸਲਾਮ ਤੋਂ ਲੱਗ ਕੇ ਹਜ਼ਰਤ ਈਸਾ ਸਾਡੇ ਨਬੀ ਤੱਕ ਸਾਰੇ ਉਹ ਨਬੀ, ਉਹਨਾਂ ਸਾਰਿਆਂ ਦੀ ਉਮਤਾਂ ਇਕੱਠੀਆਂ ਉਸ ਸਰਮਾ ਸ਼ਹਿਰ 'ਚ, ਮਣੇ ਮਣ ਨਹੀਂ ਹੋਣੀ ਬਈ ਦਲੀਤ ਦੇ ਹੋ ਜਾਓ ਅਤੇ ਦਲੀਤ ਦੇ ਹੋ ਜਾਓ, ਇਹ ਕੋਈ ਮਸਲਾ ਨਹੀਂ।
ਤੇ ਯਾ ਰਸੂਲ ਅੱਲਾ ਸਾਨੂੰ ਕਿਵੇਂ ਪਤਾ ਲੱਗ ਸੀ ਕਿ ਅਸੀਂ ਨਬੀ ਦੇ ਉਮਤੀ ਹਾਂ? ਅੱਲਾ ਦੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਜਿਹੜਾ ਮੇਰੀ ਉਮਤ ਦਾ, ਮੇਰੀ ਉਮਤ ਦੇ ਅੰਦਰ ਜਿਹੜਾ ਸ਼ਾਮਿਲ ਹੈ, ਜਿਸ ਕਲਮਾ ਮੇਰਾ ਪੜ੍ਹਿਆ, ਉਹਦਾ ਦਿਨ ਕਿਆਮਤ ਦੇ ਪੰਜ ਜਗ੍ਹਾ ਸੱਤ ਕਲਿਆਣ ਹੋਵੇਗਾ। ਜਿੱਥੇ ਜਿੱਥੇ ਵੁਜ਼ੂ ਕਰਦਾ ਹੈ ਅਤੇ ਪਾਣੀ ਲੱਗਦਾ ਹੈ, ਇਹ ਉਹਦੇ ਜੇ ਬੈਟਰੀਆਂ ਜਗਦੀਆਂ ਹੋਣਗੀਆਂ, ਨੂਰ ਦੇ ਕਿਸ਼ਮੇ ਆਉਣਗੇ, ਨੂਰ ਦੀਆਂ ਲਾਈਟਾਂ ਨਿਕਲਦੀਆਂ ਹੋਣਗੀਆਂ। ਦੂਰੋਂ ਵੇਖ ਕੇ ਲੋਕ ਆਖਣਗੇ ਆਖਰ ਜ਼ਮਾਨ ਮੁਹੰਮਦ ਦੀ ਇਹ ਉਮਤ ਹੈ। ਹੁਣ ਇਸ ਮਸਲੇ ਨੂੰ ਮੈਂ ਕਿਸੇ ਵਕਤ ਅਗਲੇ ਜਾ ਕੇ ਤੁਹਾਡੇ ਕੋਲ ਗੱਲ ਪੁੱਛਣੀ। ਇਹ ਮਸਲਾ ਯਾਦ ਰੱਖਿਆ ਹੈ, ਹਰ ਨਮਾਜ਼ੀ ਦੇ ਸੱਤ ਕਲਿਆਣ ਹੋਏਗਾ। ਪਿਆਰੇ ਰਸੂਲ ਨੇ ਫਰਮਾਇਆ ਉਹਦੀਆਂ ਸੱਤ ਜਗ੍ਹਾ, ਕਦੇ ਕਿ ਵੇਲ ਲਾਇਆ ਕਿ ਨਹੀਂ, ਸਜਦਾ ਕਰਨ ਲੱਗਿਆ ਸੱਤ ਜਗ੍ਹਾ ਜ਼ਮੀਨ 'ਤੇ ਲੱਗਦੀ। ਬਲਲਾ ਉਖ ਗਵੇੜ, ਗਵੇੜ ਲੱਗਦਾ, ਦੋ ਗੋਡੇ, ਦੋ ਹੱਥ ਅਤੇ ਦੋ ਪੈਰ ਅਤੇ ਨੱਕ ਅਤੇ ਮੱਥਾ, ਸੱਤ ਹੋ ਗਏ। ਇਹਨਾਂ ਸੱਤਾਂ ਜਗ੍ਹਾ ਦੇ ਵਿੱਚ ਨੂਰ ਦੀਆਂ ਲਾਈਟਾਂ ਨਿਕਲਦੀਆਂ ਹਨ। ਔਰ ਇਤਨਾ ਸੋਹਣਾ ਉਹ ਸੀਗਾ ਕਿ ਜਿਹਦੀ ਜਿਹਦੇ ਲਾਈਟ ਹੋਵੇਗੀ ਅਰਸ਼ ਸੋਹਣੀ ਹੁੰਦੀ ਜਾਏਗੀ, ਆਵਾਜ਼ ਆਏਗੀ ਹਾਜ਼ਾ ਮੁਹੰਮਦ ਰਸੂਲਲ੍ਲਾਹ, ਉਮਤ ਮੁਹੰਮਦ, ਇਹ ਨਬੀ ਕਰੀਮ ਦੇ ਉਮਤੀ ਨੇ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਇਹ ਉਹਨਾਂ ਦੀ ਪਛਾਣ ਹੈ। ਮਸਲਾ ਗਵੇੜ 'ਚ ਰੱਖਿਆ ਹੈ ਅਤੇ ਮੈਂ ਅੱਗੇ ਵੀ ਅਰਜ਼ ਕੀਤੀ ਕਿ ਦੋਸਤ ਮੇਰਾ ਮੈਨੂੰ ਆ ਕੇ ਪਿਆਦਾ, ਤੁਹਾਡਾ ਰੰਗੀ ਸਾਨੂੰ ਝੱਸ ਨਹੀਂ ਆਉਂਦੀ, ਇਹ ਯਾਦ ਰੱਖੋ ਝੱਸ ਆਪ ਦੀ ਹੁੰਦੀ, ਕਿਸੇ ਦੀ ਝੱਸ ਨਹੀਂ ਹੁੰਦੀ। ਆਪ ਬੰਦਾ ਬੇਵਕੂਫ ਹੈ ਤਾਂ ਦੂਏ ਨੂੰ ਔਖੀ ਕਰ ਸੀ। ਜਦ ਤੱਕ ਉਹਨੂੰ ਆਪਦੀ ਲੱਜ਼ਤ ਅਤੇ ਜ਼ਿਹਨ ਉਹਦਾ ਅਤੇ ਕਲਬ ਉਹਦਾ ਅਤੇ ਦਿਲ ਉਹਦਾ ਅਤੇ ਸੀਨਾ ਉਹਦਾ ਸਾਫ਼ ਨਾ ਉਸੀ, ਤੱਕ ਯਾਰ ਦੀ ਸਮਝ ਨਹੀਂ ਆਉਂਦੀ। ਉਹਨੂੰ ਝੱਸ ਹੁੰਦੀ ਹੈ ਆਪਣੇ ਆਪ ਦੀ, ਜਦੋਂ ਬੰਦਾ ਜਾਗਦਾ ਹੋਵੇਗਾ ਤੁਹਾਨੂੰ ਝੱਸ ਆਏਗੀ। ਮਸਲਾ ਸਮਝਿਆ ਹੈ, ਪੰਜ ਕਲਿਆਣ ਉਸੀ ਪੱਕ ਗਿਆ ਨੇ, ਬੱਚਿਆਂ ਤੋਂ ਲੱਗ ਕੇ ਬੁੱਢਿਆਂ ਤੱਕ, ਬਈ ਉਮਤ ਮੁਹੰਮਦ ਦਾ ਬੰਦਾ ਪੰਜ ਕਲਿਆਣ ਉਸੀ, ਪੰਜ ਕਲਿਆਣ ਤੋਂ ਮੁਰਾਦ ਹੈ ਉਹਦਾ ਸੱਤ ਕਲਿਆਣ ਉਸੀ, ਉਹਦੀਆਂ ਸੱਤ ਜਗ੍ਹਾ ਜਾਗਦੀਆਂ ਉਸਨ, ਉਹਦੇ 'ਚ ਬਲਬ ਜਗਦੇ ਉਸਨ, ਲਾਈਟਾਂ ਨਿਕਲਦੀਆਂ ਉਸਨ, ਕਿਆਮਤ ਦਾ ਦਿਨ ਆ ਗਿਆ। ਇਹ ਮਸਲਾ ਮੈਂ ਸਮਝਾਉਣਾ ਤੁਹਾਨੂੰ, ਕਿਆਮਤ ਦਾ ਦਿਨ ਆ ਗਿਆ, ਹਸ਼ਰ ਦਾ ਦਿਨ ਆ ਗਿਆ, ਪੁਲਿਸ ਰਾਤ ਦਾ ਵਕਤ ਆ ਗਿਆ। ਅੱਲਾ ਕਰੀਮ ਦਾ ਬਰ ਹੋਇਆ ਵੀ ਪੁਲਿਸ ਰਾਤ ਚਲੋ। يوم ترى المؤمنين والمؤمنات يسعى نورهم بين أيديهم بشراكم اليوم ਉਸ ਦਿਨ ਤੂੰ ਵੇਖੇਗਾ ਮਦੀਨੇ ਦਾ ਢੋਲਾ, ਮੇਰਾ ਸੋਹਣਾ ਮਹਿਬੂਬ, ਪੁਲਿਸ ਰਾਤ ਦੇ ਉੱਤੇ ਮੋਮਨ ਬੰਦੇ ਅਤੇ ਮੋਮਿਨ ਔਰਤਾਂ ਗੁਜ਼ਰਦੇ ਹੋਣਗੇ, ਉਹਨਾਂ ਦੇ ਅੱਗੇ ਵੀ ਨੂਰ ਏ, ਪਿੱਛੇ ਵੀ ਨੂਰ ਏ, ਪਾਸੇ 'ਤੇ ਵੀ ਨੂਰ ਏ, ਨੂਰ 'ਤੇ ਰਕਸ ਕਰਦੇ ਜਾਂਦੇ। ਮਸਲਾ ਸਮਝਣਾ, ਇਹ ਮੈਂ ਇਸ ਵਾਸਤੇ ਸ਼ੁਰੂ ਕੀਤਾ ਇੱਥੋਂ ਕੰਮ ਵੀ ਗੱਲ ਦੀ ਸਮਝ ਆ ਜਾਏ। ਅੱਗੇ ਪਿੱਛੇ ਨੂਰ ਏ, ਨੂਰ 'ਤੇ ਰਕਸ ਕਰਦੇ ਜਾਂਦੇ ਨੇ, ਬੰਦੇ ਵੀ ਅਤੇ ਔਰਤਾਂ ਵੀ ਮੋਮਨ। ਬੰਦੇ ਤਾਂ ਮਿਲਾਦ ਦਾ ਮਿਲਾਦ ਸੁਣ ਰਹੇ ਨੇ, ਔਰਤਾਂ ਨੂੰ ਇਨਾਮ ਕਿਉਂ ਮਿਲਿਆ? ਮਹਿਮਾਨਾਂ ਦੀਆਂ ਰੋਟੀਆਂ ਪਕਾ ਰਹੀਆਂ ਨੇ, ਖਾਣਾ ਪਕਾ ਰਹੀਆਂ ਨੇ, ਉਹਨਾਂ ਦੀ ਚਾਹ ਪਾਣੀ ਬਣ ਰਿਹਾ ਹੈ, ਖੁਸ਼ੀ ਖੁਸ਼ੀ ਬੱਚੀਆਂ ਦੌੜ ਰਹੀਆਂ ਨੇ, ਮਾਈਆਂ ਘਰ 'ਚ ਰੌਣਕ ਫਰੋਜ਼ ਨੇ, ਆਪਣੀ ਮੌਜ ਬਣਾਈ ਬੈਠੀਆਂ ਨੇ, ਇੱਕ ਦੂਜੇ ਨੂੰ ਆਦੀਆਂ ਨੇ, ਖੁਸ਼ ਹੋਵੋ ਨਹੀਂ ਅੱਜ ਮੇਰੇ ਆਕਾ ਦਾ ਮਿਲਾਦ ਏ। ਅੱਲਾ ਕਰੀਮ ਫਰਮਾਇਆ ਬੰਦੇ ਅਤੇ ਔਰਤਾਂ ਰੱਲੇ ਮਿਲੇ ਪੁਲਿਸ ਰਾਤ 'ਤੇ ਜਾਂਦੇ ਹੋਣਗੇ, ਸਾਂਝਾ ਖਾਤਾ ਹੈ, ਅੱਗੇ ਨੂਰ ਪਾਸੇ ਨੂਰ, ਨੂਰ 'ਤੇ ਰਕਸ ਕਰਦੇ ਜਾਂਦੇ ਹੋਣਗੇ, ਰਾਜ਼ੀ ਹੁੰਦੇ ਜਾਵਣਗੇ। ਅਤੇ ਅੱਲਾ ਦੀ ਜ਼ਾਤ ਪਾਕ ਫਰਮਾਏਗਾ ਬੁਸ਼ਰਾ ਕੋ ਮੁਲਿਯੋਂ, ਬਸ਼ਾਰਤ ਹੋਵੇ ਉਹਨਾਂ ਲੋਕਾਂ ਨੂੰ, ਖੁਸ਼ਖਬਰੀ ਹੋਵੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅੱਲਾ ਨੇ ਨੂਰ ਨਸੀਬ ਫਰਮਾਇਆ। ਜਾਗਦੇ ਹੋ ਜਿਹੜੇ ਅਰਫਸ਼ਨਾਸ ਨੇ, ਜਦੋਂ ਥੋੜ੍ਹਾ ਜਿਹਾ ਹੋਰ ਜਾਗ ਕੇ ਬੈਠਣ, ਕੁਰਾਨ ਸੁਣੋ, ਸਾਡਾ ਮਸਲਕ ਅਤੇ ਮਜ਼ਹਬ ਦਾ ਅਕੀਦਾ ਸਾਡਾ ਸੁਣੀਆਂ ਦਾ ਸੁਣੋ। ਅੱਲਾ ਦੀ ਜ਼ਾਤ ਪਾਕ ਫਰਮਾਉਂਦੇ ਨੇ ਐ ਮੇਰਾ ਸੋਹਣਾ ਨਬੀ, ਮਿੱਠੜੀ ਬੋਲੀ ਬੋਲ ਕੇ ਇਹਨਾਂ ਨੂੰ ਬਸ਼ਾਰਤ ਦੇ, ਖੁਸ਼ਖਬਰੀ ਦੇ। ਮਿੱਠੜੀ ਬੋਲੀ ਉਹ ਬੋਲੇ ਸੋਹਣਾ, ਅਤੇ ਪੁੱਛਦੇ ਨਾਲ ਪਿਆਰ। ਮਿੱਠੜੀ ਬੋਲੀ ਉਹ ਬਾਲ ਬੋਲੇ ਸੋਹਣਾ,
ते सोने आवाज सुनावे भर भर जाम मोहब्बतां वाले ते मुँह मस्तां दे लावे मथा गोल मेरा ते दंद यासीन तू बाकद कदीर बनाया है हुसन यूसफ दमात हो गया स्टीन एदे जलवे ने चन लाया है उमर वैल ते जुल्फ लैल जापे मोटे कमल मुसम्मल दा पाया है सर तू लैके पैरें तक नूर सारा केसो पर्दियां विच छुपाया है शाही ताज जिन्हानू आसिल वो तो दर माही ते खलियां भलियां भलियां दर ते खलियां पर नक रगड़न विच तलियां अल्लाह अकबर नबी रसूल पैगंबर सारे ओ सदके सदके जावन ताज वरी दाओ फखर नहीं कर दे ते सब गुलाम सदावन हुसन बाजार ओ दे सै यूसफ ते बरदे होण विकांदे जुल करनैन सुलेमान जैसे ते खिदमतगार सदांदे ते खिजर मूसा खिजर नकी बिउनांदे ते अगे भजन राई ओ सुल्तान मुहम्मद अरबी ते बाकी होर सिपाही ताजा तख्तां वाले तैनू ते सोना देवन नित सलामी पीर पैगंबर गौस कलंदर ते दावा करन गुलामी ते खाक तेरी नू ओ तरसन सोना ते कुल मिसरी कुल शामी नबियां दा सिरदार वजीफा तेरा इस्म गिरामी ऐ मेरा सोना महबूब मिठड़ी बोली बोल के बशारत देओ न जन्नतियां नू ओ जेड़ा दुनिया ते मेरे आका नू नूर मन दे आए नूर नाल प्यार कर दे आए नूर दे तुसी सेरे गांदे आए कसीदे पढ़ दे आए अजो वादा मैं तुहाडे नाल पूरा कर छड़े आए अगे भी नूर है पिछे भी नूर है पासे ते भी नूर है ईमान दी शरत आई नूर दा होना ते कई लोग आदे ने नूर दी लोड़ काई नहीं जागो नूर इन्हें सुनी नूर नूर बनाई वादे ने हुण कुरान सुनते जरा हाँ ठार अपने दिल नू समझते सोच के अपनी अकबत दा भला मंग जिस वेले नूर दियां बहारा ते नूर दे लिशकारे निकले अल्लाह करीम फरमाया मेरा सोना मिठड़ी बोली ओ यू हाद लब खोलो इन्हें लोगों मुबारक दो ओ बंदे ते नूर दे मनन वाले ते और तो तुहानू बशारत होवे खुशखबरी होवे अज दे दिन दी कि अज वेखो केड़ियां मौजां लगियां पईयां जागदे हो सुणदे पए मैं कुरान पे पढ़ना बुशरा को मुल यौमा जन्नातुन तजरी मिन तहत हल अनहारो खालदीन फीहा ज़ालिक हुवल फौज़ुल अज़ीम अल्लाह दी ज़ात पाक फरमांदे ने उस दिन दी बशारत दे जदों जन्नत दे विच मैं उन्हां नूं दाखल करांगा अलाट कर देवांगा जन्नत उन्हां दे नां ते अल्लाह दी ज़ात पाक फरमांदे दुध ते माखी दियां नारां वगदियां होणगियां पता लग गया कि सुनियां नूं अल्लाह करीम ने जन्नत दित्ती नूर दे सदके हुण जिहड़ा बंदा होवे कुरान पढ़दा ते आखे नूर दी लोड़ काई नहीं उहनूं पुछो भी ये कुरान जिहड़ा मैं पढ़दा पिया है गलत है अस्तगफिरुल्लाह रब्बी अगर ये कुरान है तो मन मुसलमान का ईमान है फिर जनाब अल्लाह दी ज़ात पाक ने फरमाया ऐ मोमनो तुहानूं बशारत होवे तुसां वादा मैं तुहाडे नाल कीता वल्लज़ीन आमनु बिल्लाहि व रसूलिहि उलाइकुम सिद्दीकून व शुहदाउ इंदा रब्बिहिम लहुम अजरुहुम व नूरुहुम वाह सुभान अल्लाह ऐ ईमान वालो जिवें मैं खुदा ते ईमान लियांदा जे एवें मेरे रसूलां ते ईमान लियाओ
मैं तुहानू अजर भी देवांगा, मैं तुहानू नूर भी देवांगा, मैं तुहानू सदाकत दा दर्जा भी देवांगा, मैं तुहानू शहादत दा दर्जा भी देवांगा। समझ आउंदी पई? मैं पंजाबी बंदा, मैं नकल मारदा ही नहीं किसे दी, मेरी अपनी बोली, मैं अपना हिसाब किताब मेरा, मैं किसे मौलवी दी नकल नहीं करदा। जनाबे वाला अल्लाह दी ज़ात पाक फरमांदे ने, ओ वेला याद करो जदों मैं तुहाडे नाल वादा कीता हा कि तुसी मेरे उत्ते ईमान लियाओ, मेरे रसूलां ते ईमान लियाओ, ते मैं तुहानू सदाकत दी शहादत दी पग बना देवांगा। इस जान ते उस जान दे अंदर, इस जान ते विजतां ते अगले जान ते विजतां तुहानू देवांगा। मैं नूर अता करांगा, जन्नत अता करांगा, तुसी मेरे महबूब अलैहि सलाम ते नबियां दे उत्ते ईमान लियाओ। बड़ी मेहरबानी उस मेरे तवज्जो करके बैठो, ध्यान नाल मेरा ज़ौक वधे। अगे जना अल्लाह करीम दी ज़ात पाक फरमाया, अल्लाह अलीम है खबीर है जानदा है। अल्लाह करीम फरमाया, ओ जेड़े पीछे पुल सरात ते खलोते ने ओ कौन ने? अगो आवाज आई, बे मौलवी ने। नूर आले अगे निकल गए, जन्नत तजरी मिन तहते हल अनहार, ओ जन्नत चले गए, ते जेड़े बेनूर आए ना वो पीछे खड़े। नोट करो गल, पता नहीं सा कितने कायम। जिस वेले वो पूछे अल्लाह करीम ने, ये कौन ने? आखे जी मौलवी ने। ये मौलवी कौन होंगे ने? आखे जी ये मुनाफिक ने, ये मुनाफिक ने। अल्लाह जात पाक फरमाया, मुनाफिक ने कि जी मुनाफिक ने? ये नमाज़ तो बड़ी पढ़ते हैं। आखे जी उत्तू उत्तू पढ़ते हैं। दाड़ियाँ तो बड़ी लम्बियां जी, उत्तू उत्तू सौदा लाया हुआ ने, वेच शायक आई नहीं। हूँ जागो, अगर कुरान तो बाहर गल हो तो मैं मुजरम हाँ। गल का सवाद तो इं हूँ, मैं दावा किया बस कुरान तो बने नहीं जाते। हूँ सुनो, अल्लाह की ज़ात पाक फरमाते ने, यौ मैया कुलुल मुनाफिकूना वल मुनाफिकातो, बंदे मुनाफिक औरतां मुनाफिक, उत्तू होर विचू होर, उत्तू होर विचू चोर। जबानी जबानी कलमा पढ़ते रहे, अपने यार दे नाल यारी ना लाई। अल्लाह अकबर, काफ काजिया खोल किताब दसा, ऐदू वक्त नमाज ऐदू यार आ गए, ओदू पाक इमाम अजान च दीती, गुंड खोल के ते मन ठार आ गए। एक दूजे तू फर्ज अजीम दोवें, मेरी अकल तू पानी तार आ गए, दिल शाद नमाज कजा पड़सू, उठ अदब करिए सरकार आ गए। सुभान अल्लाह। जिस वेले जनाबे वाल नारे रिसालत, नारे तकबीर, नारे हैदरी, नारे तहकीक, नारे गौसिया, ज़ाहरा नमाज कलमा कुरान सब कुछ कर दिया, मगर सीने दे अंदर महबूब दी मोहब्बत कोई नहीं आई। अल्लाह करीम दी ज़ात दा कुरान फरमांदा, फी कुलूबिहिम मरदुन फज़ादहुमुल्लाहु मरदा वलहुम अज़ाबुन अलीमुम बिमा कानू यकज़बून। अल्लाह दी ज़ात पाक फरमांदे ने, उन्हां दे दिलां दे विच मर्ज़ आई, उन्हां दे दिलां दे विच बीमारी आई, ओ बीमार लोग आण, उन्हां दे इश्क रसूल कोई नहीं आ, मोहब्बत नबी करीम दी सीने च कोई नहीं आई। अल्लाह अकबर। मीर मोहम्मद साहब फरमांदे, आ फरमांदे ने, ओ जिन्हां दिलां दे पुरज़े टुटण ते टुट जावण कुछ तारां, इश्क रसूल नसीब नहीं होया, ओ रल गए संग मुर्दारां, ते जिन्हां यार नहीं राजी कीता, ते ओ रहण सदा दे रोगी। आहा, जिन्ना यार नहीं राजी कीता, ते रहण सदा दे रोगी, ते जेड़ी बकरी अयड़ू निखड़ी, ओ रवे बिघाड़ा जोगी।
ते जेड़ियां आप आवारा होइया ओ रोल मोइया विच झाड़ा ते कुछ चोरां दे हथी चढ़ियां ते कुछ लुकमा बिखियाना दिल दिता ही आ मौला उल्फत भी मुहम्मदी अता कर दे या उल्फत मुहम्मदी अता कर दे या तन थी दिल नु जुदा कर दे गर चाहत है मोहम्मद की तो फकीरों की गुलामी कर के उनकी नजर रहमत से तुझे भी दीदार हो जाए। अल्लाह अकबर। गर चाहत है मोहम्मद की तो फकीरों की गुलामी कर के उनकी नजर रहमत से तुझे भी दीदार हो जाए। सफल कर कदम रखना दोस्तों राह हकीकत में कहीं ऐसा ना हो कि तेरा सारा सफर बेकार हो जाए। मेरे दोस्तों मेरे जीजो तो मसला प्यार करना सा दिल विच प्यार कोई नहीं दुआ सारा सब कुछ ठीक है। पूछा बेलियो क्यों खलोते जे आखे जी साडे कोल नूर कोई नहीं उत्थे करार पे कर दे पुलिस रात साडे कोल नूर कोई नहीं। उन्हें आख्या क्यों कोई नहीं अगर साडा वड्डा मौलवी आदा भी नूर की लोड़ का ही नहीं। उन्हें आख्या सदो उन्हू मैं बार बार इस जिक्र करता हूँ कि पीर नासर शाह साहब रहमतुल्लाह अलैह आ फरमाते ने शैताना तू हक की गर्दन मरोड़ी बैठा ते बंदे नू बंदे तू फोड़ी बैठा तेरी तो रब च बोड़ी है नाल साड़ी भी बोड़ी बैठा। इस वास्ते मेरे दोस्तों उन्हें आख्या तेरा तो खुदा रड़ा कड्या नाल साडा भी कट छड़ियो ही तू अना मसले सुना सुना के ते अना मैं कुरान पे पढ़ना मैं कुरान पे पढ़ना ते नूर की लोड़ कोई नहीं नफला तो जोर दियो ते दाढ़ी तो जोर दियो हूँ गल कर। उस आखिया जी गलती हो गई समझ आई नहीं उथे करार किया पुलिस रात पे अखलगा गलती हो गई मोड़ हूँ की करिए आप ना तू मंग लीए सुनी तेरे को नूर मंगीना ही तेरी शान तले दा बकाया है ना बंदे ओ बे नूरे ते इत्थों नूर मंग सैन तेरे कोलों नूर मंगीना ही। उन्हें आख्या हुण किवें मंगीए उन्हें आख्या उधारा दिओ चा वत लै लवे आए मेहरबानी करो कुरान सुनो जरा दे गल बने पिड़ बच्चे तो उन्होंने आख्या रात भी मौलवी साहब कुरान पढ़ते रहे लिल्लज़ीन आमनू नुज़ुरूना नक्तब इस्मे नूरेकुम अल्लाह दा कुरान आदा एक बारी साडे नू वेखो चा एक बारी साडे नू तको चा तुहाडी नजर चू सानू भी नूर मिल वंजे। मंगी जाए कोई नहीं मंगी जाए बोलो सही नूर मंगी जाए ना तो मालूम होया सुनिया को नूर इनू सदे नू आले सुन्नत वजे बात जिंदे को नूर मंगींदा पे बे नूरे उत्थे नूर मंगदे पए ने उन्हां को की आख्या उन्हां सुन के ओ जन्नत च बैठे ने ए पुलिस रात ते टंगे खड़े ने इतों आवाज दितिया ने तो नगुकी आख्या की लर जीव वरा कुम फल तम सुनूरा वो पिछाट वनो इतों नूर नहीं लभदा ये नूर उतों लभदा जिथ आवाज तकरीर ते कुरान हदीस पढ़ी जाती आई जिथे रब्बानी आलम तुहानू हक की गल सुनाइंदे आण तुसी रूह गिरदानी कर जाते आए मूँह मोड़ लेंदे आए ते आदे आए तो गलत पिया पढ़ता है ये चंगी गल नहीं पिया करदा तुहाडा बेड़ा गर्क हो गया। हुण की करिए उन्हें आख्या हट चला उन्हें आख्या नहीं गल चंगी आप पिछे हट वजा तो जे तो बंगला है खड़ा है तो पट पिछे पैंतरा बद्धा हटन की कोशिश की लर जीवरा कुम फल तम सुनूरा एक बारी वेखण का सदका ना मिलया तेरी अल्लाह अकबर तेरी एक नज़र मेरी सारी जिंदगानी ये भी तू कबूल कर लिया का तो तेरी मेहरबानी। साडा ईमान है कि अल्लाह दे वलियां कोलों नूर मिलता है साडा ईमान है कि अल्लाह वाले कोलों नूर मिलता है ते जब तक वो अल्लामा इकबाल साहब फरमांदे अरे आँख का नूर दिल का नूर नहीं होता खुदा से नूर मांगो जो नूर आँखों को नूर कर देता है।
جس سے حق نظر آ جائے وہ نور مانگو تے اللہ کریم دے دروازے دے وچوں اے آنکھ والا نور دل دا نور نہیں ہوندا تے دل دے نور تو بعد جو کہ نہیں وسدیاں دل دا ویڑا نہیں آباد ہوندا اے گھر دے سواد نہیں بچدے اے چاٹی رڑکا نہیں جمدا جتن تک ایمان دی محبت لذت نہ آوے کامل مرشد دی جتن تک نظر نہ آوے دودھ وجود تیرے وچ شیری تے روغن دار سمانی مرشد لاوے چا جاگ پرم دی تاں جمے دودھ پانی تے گل وچ پا غماں دا پاک تے ذکروں رڑک مدھانی ہمت نال محمد بخشا اے مکھن آیا جانی اللہ اکبر آپ کی فرماندے نے آپ فرماندے نے اپنے محبوب پیارے نال اپنے مرشد نال محبت کر تے جدوں تو محبت کر سے تینوں محبت والا مل جاسی گیا میرے دوستو میرے عزیزو مرشد کامل تو سوا گل نہیں بنتی نہ یہ جھوکا بعد ہوں تو جناب جس وقت انہیں ویکیا نا بھی گل نہیں بنتی انہیں کہ پیچھے ہٹ چلاں پیچھے ہٹن کی جو کوشش کی تو گوہ کے وچ دیوار پی گئی اس دیوار دے اندر رہ گئے جی ویکیا نا تو اس دیوار دے اندر وہ بیٹھے عاشق رسول دے تے ملاد پے مناون نبی کریم دے گیت پے گاون رسول کریم دی محبت دے اندر نہ تا پے پڑھن موجیاں لگیاں کھلو تو نہ ویکھ تو نہ کہ وہ آئے بیٹھے نے جڑے یارویں دے چاول کھاندے آ جڑے ملاد دے چاول کھاندے آ نا تے سیرے تے نہ تا گاندے آ وہ اے آ بیٹھے جی انہاں کہ بیلیو سانو سیاتا نے کہ سیاتا ہے کس کون ہے ਤੁਸੀਂ ਹੋਏ ਨੇ ਜਿਹੜੇ ਅਸੀਂ ਮਿਲਾਦ ਮੰਨੀਦੇ ਆ ਤਾਂ ਤੁਸੀਂ ਅਰਕਾ ਮਰਿੰਦੇ ਆ ਤੁਸੀਂ ਸਾਰੀ ਗੱਲਾਂ ਦੀ ਕਾਵੜ ਮੰਨੀਦੇ ਆ ਤਾਂ ਚਗਾਊ ਬਣਾਈਦੇ ਆ ਆਉਂਦੇ ਆ ਹੁਣ ਵੇਖ ਭਾਈ ਹਲਵੇ ਖਾ ਖਾ ਕੇ ਹੁਣ ਰਾਜੀ ਪਏ ਹੁੰਦੇ ਨਹੀਂ ਹੁਣ ਢਿੱਡ ਭਰੀ ਬੈਠੇ ਨਲਵੇ ਨਾਲ ਅਲਹਮਦੁਲਿਲਾ ਜਿਹੜਾ ਯਾਰ ਦੇ ਗੀਤ ਗਾਵੇ ਰੱਬਾ ਦਾ ਮੈਂ ਤੁਹਾਨੂੰ ਹਲਵੇ ਖਵਾਈ ਸੀ ਤੁਹਾਨੂੰ ਮਿੱਠਾ ਤੁਹਾਡਾ ਮੂੰਹ ਮਿੱਠਾ ਕਰੇ ਸਰ ਮੇਰੇ ਸੁਣਨ ਵਾਲੇ ਇਸ ਵਾਸਤੇ ਮੇਰੇ ਦੋਸਤੋ ਜਿਸ ਵਕਤ ਉਹਨਾਂ ਵੇਖਿਆ ਨੇ ਗੱਲ ਮੁਕਾਈਏ ਚਾ ਉਹਨਾਂ ਕਿਹਾ ਤੁਹਾਡਾ ਤੇ ਸਾਡਾ ਰਹਿਣਾ ਹੱਥ ਇਕੱਠਾ ਪਰ ਅਸੀਂ ਯਾਰ ਦੀ ਆਵਣ 'ਤੇ ਖੁਸ਼ ਹੁੰਦੇ ਹਾਂ ਤੁਹਾਡੇ ਸੀਨੇ 'ਤੇ ਆਰੇ ਚੱਲਦੇ ਹਨ ਤੁਹਾਨੂੰ ਸਾਹ ਛੋਟੇ ਲੱਗ ਜਾਂਦੇ ਹਨ ਤੁਸੀਂ ਘਬਰਾ ਜਾਂਦੇ ਹਾਂ ਉਹ ਦਾ ਦਿਨ ਜਿਹੜੇ ਮਹਿਬੂਬ ਦੇ ਮਿਲਾਦ ਦੇ ਬਾਹਰ ਵਾਲਾ ਦਿਨ ਹੁੰਦਾ ਤੁਸੀਂ ਨਜ਼ਰ ਹੀ ਨਾ ਆ ਜਾਂਦੇ ਪਤਾ ਨਹੀਂ ਕਿਹਦੇ ਲੋਕ ਜਾਂਦੇ ਹਾਂ ਅਸੀਂ ਯਾਰ ਦੇ ਗੀਤ ਗਾਉਂਦੇ ਵਾਨੇ ਹਾਂ ਤੋ ਮੇਰੇ ਦੋਸਤੋ ਮੇਰੇ ਅਜ਼ੀਜ਼ੋ ਮੈਂ ਮਸਲਾ ਅਰਜ਼ ਕਰ ਰਿਹਾ ਸਾਂ ਕਿ ਨੂਰ ਮਿਲਿਆ ਉਹਨਾਂ ਨੂੰ ਜਿਹੜੇ ਨੂਰ ਨੂੰ ਮੰਨਦੇ ਹਨ ਹੁਣ ਅਗਲੀ ਗੱਲ ਜਿਹੜੀ ਹੈ ਜ਼ਰਾ ਤਵੱਜੋ ਮੈਂ ਅੱਗੇ ਗੁਜ਼ਾਰਿਸ਼ ਕੀਤੀ ਮੇਰੀ ਗੱਲ ਨੂੰ ਸੁਣਨਾ ਹੈ ਅਸੀਂ ਨਬੀ ਨੂੰ ਨੂਰ ਮੰਨਿਆ ਆਖੋ ਨੂਰ ਦਾ ਫਾਇਦਾ ਹੋਇਆ ਆਖੋ ਨਾ ਇੱਕ ਵਾਰ ਨੂਰ ਦਾ ਫਾਇਦਾ ਹੋਇਆ ਅੱਲਾ ਕਰੀਮ ਦਾ ਕੁਰਾਨ ਆਦਾ ਅੱਲਾਹੁ ਵਲੀਯੁ ਲਜ਼ੀਨ ਆਮਨੂ ਯੁਖਰਿਜੁਹੁਮ ਮਿਨਜ਼ ਜ਼ੁਲਮਾਤ ਇਲਨ ਨੂਰ ਅੱਲਾ ਦੋਸਤ ਰੱਖਦਾ ਈਮਾਨ ਵਾਲਿਆਂ ਨੂੰ ਬੇਲੀ ਬਣਾਈ ਵਾਦਾ ਈਮਾਨ ਵਾਲਿਆਂ ਨੂੰ ਕੱਢਦਾ ਵਿੱਚੋਂ ਕੁਫਰ ਦੇ ਅਤੇ ਲੈ ਜਾਂਦਾ ਨੂਰ ਦੀ ਤਰਫ ਇਸਲਾਮ ਦੀ ਤਰਫ ਉਹਨਾਂ ਨੂੰ ਅੰਧੇਰੇ 'ਚੋਂ ਕੱਢ ਕੇ ਚਾਨਣ ਦੀ ਤਰਫ ਲੈ ਜਾਂਦਾ ਹੈ ਅੱਲਾ ਕਰੀਮ ਈਮਾਨ ਵਾਲਿਆਂ ਨੂੰ ਆਪਣਾ ਬੇਲੀ ਬਣਾਈ ਵਾਦਾ ਹੈ ਅਤੇ ਅੱਲਾ ਕਰੀਮ ਦੀ ਜ਼ਾਤ ਪਾਕ ਫਰਮਾਨਦੇ ਨੇ ਲਕਦ ਮੰਨ ਅੱਲਾਹੁ ਅਲਲ ਮੁਮਿਨੀਨਾ ਇਜ਼ ਬਾਸਅ ਫੀਹਿਮ ਰਸੂਲਾ ਖੁਦਾ ਦੀ ਜ਼ਾਤ ਦੀ ਕਸਮ ਜੇ ਕਦੇ ਥੋੜ੍ਹਾ ਜਿਹਾ ਵੀ ਤੁਹਾਨੂੰ ਸਮਝ ਆਵੇ ਨਾ ਤਾਂ ਤੁਹਾਡੇ ਹਾਂ ਠਰ ਜਾਵਣ ਵੀ ਇਤਨੇ ਦਲਾਇਲ ਇਤਨਾ ਕੁਰਾਨ ਮਜੀਦ ਦਾ ਸਬੂਤ ਔਰ ਹਰ ਲਫ਼ਜ਼ ਦੇ ਨਾਲ ਕੁਰਾਨ ਦੀ ਆਇਤ ਅਤੇ ਜੇ ਮੁੜ ਵੀ ਕੋਈ ਨਹੀਂ ਮੰਨੂ ਤਾਂ ਉਹਦੇ ਵਖਤ ਸਾਡਾ ਕੁਛ ਆ ਰਹਾ ਅੰਨੇ ਨੂੰ ਚਾ ਸੈਰ ਕਰਾਈਏ ਅਤੇ ਸਾਰਾ ਸ਼ਹਿਰ ਫਿਰਾਇਆ ਜੇ ਪੁੱਛਿਆ ਉਸ ਅੰਨੇ ਕੋਲੋਂ ਕੁਝ ਨਹੀਂ ਨਜ਼ਰੀ ਆਇਆ ਸਾਡਾ ਤੁਹਾਡਾ ਤਾਂ ਕਸੂਰ ਕੋਈ ਨਹੀਂ ਆਂਖ ਵਾਲਾ ਤੇਰੇ ਜੋ ਬਨ ਕਾ ਤਮਾਸ਼ਾ ਦੇਖੇ ਅਰੇ ਆਂਖ ਵਾਲਾ ਤੇਰੇ ਜੋ ਬਨ ਕਾ ਤਮਾਸ਼ਾ ਦੇਖੇ ਅੱਲਾਹੁ ਅਕਬਰ ਦੀਦਾ ਕੋਰ ਕੋ ਕਿਆ ਨਜ਼ਰ ਆਏ ਕਿਆ ਦੇਖੇ ਆਂਖ ਵਾਲਾ ਤੇਰੇ ਸੋਹਣਿਆਂ ਜਲਵੇ ਵੇਖਦਾ ਹੈ ਅੰਨੇ ਨੂੰ ਕੀ ਪਤਾ ਜੋ ਮੇਰੇ ਮਹਿਬੂਬ ਦੀ ਅਜ਼ਮਤ ਅਤੇ ਸ਼ਾਨ ਕਿਆ ਹੈ ਤੋ ਮੇਰੇ ਦੋਸਤੋ ਮੇਰੇ ਅਜ਼ੀਜ਼ੋ ਮੈਂ ਮਸਲਾ ਅਰਜ਼ ਪਿਆ ਕਰਦਾ ਸਾਂ ਯਾਦ ਕਰਕੇ ਗੱਲ ਨੂੰ ਬੜਾ ਦਿਲਾਂ 'ਤੇ ਲਿਖ ਲਓ ਤਖਤੀ ਦੇ ਉੱਤੇ ਸਾਡਾ ਨਬੀ ਹਰ ਸ਼ਾਇ ਤੋਂ ਪਹਿਲੇ ਨਬੀ ਹਰ ਸ਼ਾਇ ਤੋਂ ਪਹਿਲੇ ਨਬੀ ਇੱਕ ਮਸਲਾ ਪਕਾਓ ਇੱਥੇ ਬੜਾ ਜ਼ਰੂਰੀ ਹੈ ਅੱਲਾ ਸ਼ਾਇ ਨਹੀਂ ਇੱਕ ਵਾਰ ਆਖੋ ਮੇਰੇ ਨਾਲ ਅੱਲਾ
شائع نہیں لے سک مسلے شائعون چاہی دے تے نہ مننا دے پتہ لگ گئے بہت رڑا نکل گیا ہی نہیں دو انگلہ نال اور پکا لو منہ کوڑا ہو سی رنگ کالا ہو سی تے متھے چ میراب دی تھارے بھوری ہو سی تے نماز آدیا وہ بڑے بیلی بونگا دیں دے رہے سارا کچھ بڑا کیتے نہیں پر میرے محبوب دی محبت سینے چکائی نہیں ان سب جنے منافق اے منافق تے مومن دی پچھان ہو گئی مومن کو نور ہے منافق کو قصور ہے یہ کہ فتور ہے اور شاہی کہیں لڑائی لڑائی نہیں جھگڑا ہی جھگڑا تھے آل ہی آل پائی پھر اور شاہی کہیں تو میرے دوستو ایک مسئلہ ہو گیا دعا نمبر کہ ساڈا نبی ہر شاہ تو پہلے یہ حدیث سنو صحابی دا نام جابر بن عبداللہ عرض کردہ یا رسول اللہ سارے آکھا کرو یا رسول اللہ صلی اللہ علیہ وسلم یا رسول اللہ قل تو یا رسول اللہ بے ابھی انت و امی اخبرنی ان اول شیئن خلقہ اللہ تعالی قبل الاشیاء توجہ 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 یا رسول اللہ سب تو پہلے اللہ نے کی شے بنایا اے صحابی پوچھنے پہن یا رسول اللہ ہر شے تو پہلے کی بنایا قبل الاشیاء ہر شے تو پہلے کی بنایا تے آ فرماندے نے قال یا جابر ان اللہ تعالی قد خلق قبل الاشیاء نور نبی کے میں نور ہی اے دوتے کو لانا ہے مولویاں یہ لفظ تے زیر صبر چ فرق ہوے تے میرا ذمہ سبحان اللہ صحابہ کبار پوچھ دے نے یا رسول اللہ اللہ ہر شے تو پہلے کی بنایا تے پاک نبی ساڈے محبوب آپ فرماندے نے قال یا جابر ان اللہ تعالی اے جابر بے شک اللہ نے ساری عرش تو پہلے تیرے محمد دا نور بنایا تے او نور پھر اپنے نور رچو ظاہر کیتا اے بھی سمجھ آ گئی کہ کائی نہیں آئی ساڈا نبی نور ہے تے اللہ دا نور ہے جڑا بیلی اولے پہلے کو نور بنائی فردا اسی نہیں مندے اے جتنے نور نے سارے میرے نبی دے نور دے وچوں ہوئے نے ساڈا نبی اللہ دا نور ہے ہوں دی دلیل میں دے تاکہ بچوں تو بڈھے تک سارے سمجھ آ جائے توجہ کر لو معاشر دن آئے گا اللہ کریم معاشر دن حکم دے بن گئے کہ جتنے انبیاء علیہ السلام نے سارے دی امت کھڑے ہو جائے کھڑے ہو گئے نبیاں دے ایک پاسے صف بن گئی انبیاء علیہ السلام سارے نبی آپ نے فرمایا میرے محبوب نو کرسی دیو تواڈے تے ساڈے آقا جس کا میلاد پڑھتے پے سونے نبی نو کرسی مل جائے گی آپ تشریف فرمان ہے توجہ کرو بڑے غور نہ سنے کرو کرسی مل گئی آپ نے فرمایا او نبیاں دے امتیو جی مولا آپ فرمایا تھانوے نے نبیاں نے تقریرا کیتیاں واز کیتا وصیت کیتی اکھے جی کوئی نہیں کیتی سواد آیا نا مکرے دا کیوں بھائی ہن رب پہ پوچھے تے رب نو سارا پتہ ہے تے نبیاں واز تقریرا کیتیاں تے قرآن گواہی تے فرشتے ہر شے گواہ تے آکھے انہوں نہیں جی سانو تے کسے واز کیتا ہی کوئی نہیں سنیا نہ انہیں سنایا آ فرما ہاں بھائی یہ کی پیاندے نے کہ یا اللہ کوڑ ماری بیٹھے نہیں تے اساں واز تقریرا کیتیاں اگر موڑے انج کرو گواہ لیاؤ گواہ لیاؤ گواہ لیاؤ گواہ ہن اٹھے نبی کریم دے امتی او پانچ کلیاں شالا جی ہو ایک گل پیچھے رہ گئی آئی میرے دل پکڑ دا میں تھوڑا مڑ دو اور لا لو سنا لوی ہے تاکہ مڑ بھول نہ رہ جاوے او پانچ کلیاں کدے گئے او جڑیاں سات گلاں یا پانچ گلاں جگہ تو نور چمکدا او نور کدے گیا آکھو مومناں نوں اٹھیا سنیاں نوں دویاں بے ایماناں دے ٹبر نوں اٹھیا ہی کوئی نہیں کیونکہ میں قرآن پڑھیا انہاں کول نور کوئی نہیں وہ آدھے نے پل سرات تے نبی دا نور نہیں ہونا ہے نمازاں دا نور ہے تے نمازاں دا نور ہے تو مڑ سارا ٹھیکا تہاڈا ہونا سانو تو کئی یری بچے آ ساری نمازاں تو تھوڑیاں تے تسی ہر ویلے ٹنگے رہندے آ معلوم ہویا جے نمازاں دا نور ہوندا تو تہانوں وی ٹھیویا معلوم ہویا وہ تہاڈا اولا پہلا نور نہیں آ وہ میرے محمد دا نور آ سبحان اللہ جس ویلے جناب
صدیق اکبر عمر فاروق عثمان غنی علی حیدر کرار سلمان فارسی حضرت مقداد ابو ذر غفاری حضرت بلال اٹھ کے کھڑے ہو گئے یا رسول اللہ اسی گواہی دینے یا اللہ انہاں دے گواہ اسی ہاں انہاں تقریریں کیتیاں انہاں نبیاں دی سچائی دی گواہی اسی دینے ہاں اسا اس چیز تے ایمان لے آندا اللہ دی ذات پاک فرمایا کیوں بھائی انہاں دی گل منندے ہو جی سواد آمدا پیا سمجھ تو مڑ تو بڑی گل ہے تو جی تمہیں سمجھ کائی نہ ہو تو مڑ سواد تو کوئی نہ بنے انہاں وہ مکر گئے بھی کوئی نہیں کیتا کوئی واز نہیں ہویا تو نبی کریم دے امتے پہ آخر جی اِسی گواہی دینے جو انہیں تقریر نبیاں کیتیاں نبی سچے ہاں بھائی انہیں کہا جی اِسی نہیں منتے انہیں کوئی نہیں تقریر کیتی اللہ کرے فرمایا ہاں بھائی تُسی ہن آپ دا کو گواہ لے آؤ میرے آقا کرسی تے بیٹھے اٹھ کے کھڑے ہو گئے آ فرمایا انہیں گواہ مایا واضح تقریر نہ کیتیاں اللہ کرے فرمایا ہاں بھائی منتے ہو آخر جی انہوں نے تو اِسی اس پاس نہ منگے بھی یہ کول کوئی نہ آن آدم علیہ السلام کے زمانے سے کدوں آن عمر حضرت عثمان دے نوح علیہ السلام کے زمانے سے کدوں آن موسیٰ علیہ السلام نبیاں دے امتیاں دے یہ کول ہی کوئی نہ آن یہ کیویں گواہی دے سکتے ہیں رسول دے آخری نبی دے امتی یہ کیویں سچائی بیان کر سکتے ہیں اللہ دی ذات پاک فرمایا میرے نبی دی گواہی منگے ہو انہوں نے آخر جی مننے ہاں جاگو جاگو میری آواز بڑی دور پی جاندی انہاں آخیا جی اسی مننے ہاں کہ ساڈے نبی جڑے نے او دو ہاں او شاہد ہوندا ہے مشاہدہ کرنے والا ارے مشاہد وہ ہوتا ہے جو دیکھی ہوئی بات کرے سنی ہوئی بات کرے رو برو اس کو کہتے ہیں مشاہدہ کرنے والا گواہ ہن او نبی کول انہاں آخیا جی اسی مننے ہاں ساڈا نبی سچا ہے یہ گواہی سچی ہے معلوم ہوا کفار جتنے بھی آن نبیاں دی امتی وہ سارے مان گئے بھی نبی ادو ہاں نہیں سمجھ آئی آخو انہوں نے ساری امتا مان لیا بھی ادو نبی ہاں تو جی ہوں دے مولوی نے من توڑ کے دے جا پتہ ہے کی پہ آدھے وہ پہ آدھے جدو نبی کریم دنیا تے آئے نا ادو نبی کوئی نہ یہ 40 سال دے بعد نبی ہویا ہے 63 سال عمر آئی رسول کریم دی 23 سال ساری نبوت رہی تو دے بعد فوت ہو گئے تو ہن مڑ کوئی نہیں جنگ وچ دوئے فرقے بنے نے وہ ایک آدھے نے سی آئے مماتی دوا فرقہ ہے حیاتی مماتی تے حیاتی وچ فرق کی ہے ایک پہ آندہ ہے نبی زندہ ہے وہ ہو گئے حیاتی تے مماتی کیڑے نے جڑے پہ نبی مر گیا ہن وہ جڑے پہ آندے نبی مر گیا وہ تہانوں میلاد کیویں سناویں وہ میلاد نو منن کیویں وہ میلاد کا ذکر کرن کیویں انہاں دے گھر تا 700 روپیہ ہویا بھائی نبی ہے ہی فوت ہو گیا نبی زندہ ہی نہیں تو اس واسطے میرے دوستو رنگ لگ گئے نے ساری دھرتی نو رنگ لگ گئے نے ساری دھرتی نو جدوں دو جگ دا سلطان آیا ساری بخشش دا سامان آیا رنگ لگ گئے نے ساری دھرتی نو جدوں دو جگ دا سلطان آیا محبوب خدا دی آمد تے اسا خوش تھی سوں ساڈا حق بندا ہے اسا خوش تھی سوں ساڈا حق بندا ہے اسی مومن ہیں اسی کافر نہیں مومن دا عین ایمان آیا ساڈی بخشش دا سامان آیا رنگ لگ گئے نے ساری دھرتی نو جدوں دو جگ دا سلطان آیا کن کہہ کے بزم سجا چھوڑی کن کہہ کے بزم سجا چھوڑی کون این دے مالک وچ ہک پل دے ولیل دیاں زلفاں والا بن محفل دا نگران آیا ساڈی بخشش دا سامان آیا رنگ لگ گئے نے ساری دھرتی نو جدوں دو جگ دا سلطان آیا معلوم ہویا کہ سارے اگلے کفار ساریاں امت دے جڑے نبیاں دے امتی آن وہ سارے میرے نبو نے من دے رہے نبی اول تو نبی ہے ہن تھوڑی جی گل میں کرنا چاہنا کہ صحابہ ایک بار پوچھتے ہیں یا رسول اللہ سارے تو پہلے کون آپ نے فرمایا آنا میں نور اللہ وال خلق کلو میں نوری میں اللہ دے نوری چوہاں تے ہر شے میرے نور دے صدقے
ਇਹ ਹਰ ਸ਼ੈ ਮੇਰੇ ਨੂਰ ਦੇ ਵਿੱਚੋਂ ਹੋਈ ਹੈ। ਜੇ ਮੈਂ ਮੁਹੰਮਦ ਨਾ ਹੋਵਾਂ ਤਾਂ ਕਾਈ ਸ਼ਾਹੀ ਕਾਈ ਨਾ ਹੋਵੇ। ਅੱਲਾਹ ਅਕਬਰ। ਸ਼ੈਰ ਯਾਰਾ ਹਸੀਨ ਦੀ ਸ਼ਾਹੀ ਦਿਆ ਤੇਰੇ ਸਦਕੇ ਤੋ ਆਲਮ ਸਿੰਗਾਰੇ ਸੁਭਾਨ ਅੱਲਾਹ। ਇੱਕ ਨਜ਼ਰ ਤੇਰੀ ਉੱਠੀ ਜਦੋਂ ਸੋਹਣਿਆ ਅਗਲੇ ਪਿਛਲੇ ਜ਼ਮਾਨੇ ਸਵਾਰੇ ਗਏ। ਤੇਰੇ ਆਵਣ ਥੀ ਪਹਿਲਾਂ ਜੋ ਆਏ ਨਬੀ ਸ਼ਾਨ ਉਹਨਾਂ ਦੀ ਮੰਨਿਆ ਵਰਾ ਉਲ ਵਰਾ ਤੇਰੇ ਕਦਮਾਂ ਦੇ ਜੋੜ ਦੀ ਅਜ਼ਮਤ ਤੂੰ ਅਰਸ਼ ਆਜ਼ਮ ਦੇ ਵਾਰੇ ਮਿਨਾਰੇ ਗਏ। ਸਾਰਿਆਂ ਤੂੰ ਪਹਿਲੇ ਮੇਰਾ ਨਬੀ ਆ, ਕਈ ਸ਼ੈ ਨਹੀਂ ਜੋ ਕੁਝ ਬਣਿਆ ਮੇਰੇ ਨਬੀ ਦੇ ਬਾਅਦ ਬਣਿਆ। ਹਰ ਸ਼ੈ ਜਿੱਤੇ ਚੰਨ ਸੂਰਜ ਸਿਤਾਰੇ ਇਹ ਮੇਰੇ ਨਬੀ ਦੇ ਮਿਲਾਦ ਦੀ ਰੌਣਕ ਹੈ। ਅੱਲਾ ਕਰੀਮ ਜਦੋਂ ਮਿਲਾਦ ਬਣਾਉਣਾ ਚਾਹਿਆ ਨਾ ਤਾਂ ਧਰਤੀ ਬਣਾਈ, ਮਿਲਾਦ ਬਣਾਉਣਾ ਚਾਹਿਆ ਉੱਤੇ ਰੁੱਖ ਲਾਏ, ਇਸ ਦੇ ਉੱਤੇ ਸ਼ਜਰ ਲਾਏ, ਬਾਗਾਤ ਲਾਏ, ਖੱਟੇ ਰੱਤੇ ਪੀਲੇ ਸਾਵੇ ਉੱਤੇ ਮੇਵੇ ਲਾਏ, ਉਹਨਾਂ ਮੇਵਿਆਂ ਨੂੰ ਸਜਾਇਆ, ਫਿਰ ਪਹਾੜ ਬਣਾਏ, ਪਹਾੜਾਂ ਦੇ ਉੱਤੇ ਬੂਟੀਆਂ ਜੰਮੀਆਂ, ਉਹਨਾਂ 'ਚੋਂ ਖੁਸ਼ਬੂਆਂ ਆਉਣ ਲੱਗ ਪਈਆਂ, ਉਹਨਾਂ ਦੇ ਸਾਰੇ ਰੰਗ ਰੋਗਨ ਬਣ ਗਏ, ਵਿੱਚ ਫਿਰ ਸਮੁੰਦਰ ਚੱਲ ਪਏ, ਵਿੱਚ ਫਿਰ ਨਹਿਰਾਂ ਚੱਲ ਪਈਆਂ। ਅੱਲਾ ਕਰੀਮ ਨੇ ਆਪਣੇ ਮਿਲਾਦ ਦੇ ਮਨਾਉਣ ਵਾਸਤੇ ਸਾਰਾ ਕੁਝ ਬਣਾਇਆ। ਅੱਛਾ, ਇੱਕ ਮੈਂ ਗੱਲ ਪੁੱਛਣਾ, ਜ਼ਰਾ ਇਮਾਨਦਾਰੀ ਨਾਲ ਦੱਸਿਆ, ਜਿਵੇਂ ਹੁਣ ਆਪਾਂ ਬੈਠੇ ਦਮੀ ਐਵੇਂ ਬੈਠੇ ਹੋ ਸਨ, ਆਖੋ ਨਹੀਂ ਮਿਲਾਦ ਮੁੱਕਾ ਦੁਆ ਖੈਰ ਹੋ ਗਿਆ, ਕੋਈ ਵੱਗ ਗਿਆ, ਇਹ ਜ਼ਮੀਨ ਜੀ ਬਣਾਈ ਆ ਇਸ ਮਿਲਾਦ ਵਾਸਤੇ, ਆਸਮਾਨ ਬਣਾਇਆ ਇਸ ਮਿਲਾਦ ਵਾਸਤੇ, ਵਿੱਚ ਕੁੰਮਕੁਮੇ ਲਾਇਆ ਅਤੇ ਸਤਾਰੇ ਅਤੇ ਚੰਨ ਸੂਰਜ ਲਾਇਆ, ਅਤੇ ਮਿਲਾਦ ਵਾਲਾ ਜੋ ਮਰ ਗਿਆ ਅਤੇ ਹਰ ਸ਼ੈ ਗਈ ਕਿਉਂ ਨਾ। ਜਾਗੋ ਮੇਰੀ ਬਿਰਾਦਰੀ, ਹਰ ਸ਼ੈ ਗਈ ਕਿਉਂ ਨਾ। ਮਾਲੂਮ ਹੋਇਆ ਜਦ ਤੱਕ ਮੇਰਾ ਮਹਬੂਬ ਆਏ ਉਦੋਂ ਤੱਕ ਇਹ ਮਿਲਾਦ ਲੱਗਾ ਹੀ ਰਹੇਗਾ, ਇਹ ਚੰਨ ਸੂਰਜ ਸਿਤਾਰੇ ਜ਼ਮੀਨ ਆਬਾਦ ਰਹੇਗੀ। ਅੱਲਾ ਕਰੀਮ ਨੇ ਸਜਾਇਆ ਸਜੀ ਰਹੇਗੀ ਜਦ ਤੱਕ ਤੱਕ ਮੇਰੇ ਯਾਰ ਦਾ ਇਹ ਮਸਲਾ ਯਾਦ ਕਰ ਲਓ। ਇਹ ਮੇਰੇ ਨਾਲ ਤਵੱਜੋ ਕਰੋ, ਜਿਹੜੇ ਪੜ੍ਹੇ ਬੈਠੇ ਹੈ ਕਦੇ ਕਾਪੀਆਂ ਹੋਣ ਤੋਂ ਲਿਖੀ ਜਾਵਣ, ਜ਼ਿੰਦਗੀ ਦਾ ਪਤਾ ਨਹੀਂ ਤਾਂ ਬਾਅਦ 'ਚ ਮੁੜ ਗੱਲ ਲੱਭਦੀ ਬੜੀ ਔਖੀ। ਪਿਆਰੇ ਰਸੂਲ ਦੀ ਸ਼ਾਨ ਹੈ ਕਿ ਅੱਲਾ ਦੀ ਜ਼ਾਤ ਪਾ ਬਰਕਾਤ ਫਰਮਾਉਂਦੇ ਨੇ, ਮੇਰਾ ਮਹਬੂਬ ਤੁਮੇ ਜ਼ਿੰਦਗੀ ਦਿੱਤਾ ਹੈ। ਕਿੱਥੇ ਲਿਖਿਆ ਪਿਆ? ਯਾ ਯੂ ਅੱਲਾ ਜ਼ਿਨਾਮਾ ਨੂੰ ਅੱਲਾ ਦੀ ਜ਼ਾਤ ਪਾਕ ਫਰਮਾਉਂਦੇ ਨੇ, ਈਮਾਨ ਵਾਲਿਓ ਜਦੋਂ ਮੇਰਾ ਯਾਰ ਪੁਕਾਰੇ ਸਦ ਮਾਰੇ ਦੌੜ ਕੇ ਚਲੇ ਜਾਓ, ਮੇਰਾ ਨਬੀ ਤੁਮੇ ਯੁਹਯੀ ਕੁਮ ਤੁਮੇ ਜ਼ਿੰਦਾ ਕਰ ਦੇਗਾ, ਤੁਸੀਂ ਮਰੋਗੇ ਨਹੀਂ। ਮੇਰਾ ਨਬੀ ਤੁਹਾਨੂੰ ਇੰਝ ਦੀ ਜ਼ਿੰਦਗੀ ਦੇ ਸੀ ਗਿਆ ਕਿ ਤੁਸੀਂ ਮਰਸੋ ਨਹੀਂ। ਮਾਲੂਮ ਹੋਇਆ ਜਿਹੜਾ ਆਪ ਜ਼ਿੰਦਗੀ ਦਿੰਦਾ ਉਹਨੂੰ ਮਰਨ ਦੀ ਕਿਹੜੀ ਲੋੜ ਹੈ? ਇਹ ਕੁਰਾਨ ਦਾ ਸਬੂਤ ਹੈ। ਯਾ ਯੂ ਅੱਲਾ ਜ਼ਿਨਾਮਾ ਨੂੰ ਸੱਲੂ ਅਲੇ, ਅੱਲਾ ਜ਼ਾਤ ਪਾਕ ਫਰਮਾਉਂਦੇ ਨੇ, ਮੇਰਾ ਮਹਬੂਬ ਜਦੋਂ ਪੁਕਾਰੇ ਤਾਂ ਤੁਸੀਂ ਦੌੜ ਕੇ ਚਲੇ ਜਾਓ, ਮੇਰੇ ਨਬੀ ਦੀ ਗੱਲ ਸੁਣੋ, ਮੈਂ ਰੱਬ ਦੀ ਅਤੇ ਮੇਰੇ ਮਹਬੂਬ ਦੀ ਗੱਲ ਸਾਂਝੀਏ, ਮੇਰੇ ਨਬੀ ਨਾਲ ਗੱਲ ਕਰੋ ਤਾਂ ਮੈਂ ਖੁਦਾ ਦੀ ਵੀ ਗੱਲ ਹੁੰਦੀ ਰਹੇਗੀ, ਅਤੇ ਮੇਰਾ ਨਬੀ ਤੁਹਾਨੂੰ ਜ਼ਿੰਦਾ ਕਰ ਦੇਵੇਗਾ, ਫਿਰ ਤੁਸੀਂ ਮਰੋਗੇ ਨਹੀਂ। ਅੱਲਾ ਦੇ ਨਬੀ ਨੇ ਹਰ ਕੰਮ ਦੇ ਵਿੱਚ ਹਰ ਚੀਜ਼ ਨੂੰ ਇੱਜ਼ਤ ਇਹਤਰਾਮ ਦਿੱਤਾ। ਚੰਨ ਤੋਂ ਮੇਰੇ ਨਬੀ ਦਾ ਗੁਲਾਮ ਹੈ, ਸੂਰਜ ਤੋਂ ਮੇਰੇ ਨਬੀ ਦਾ ਗੁਲਾਮ ਹੈ। ਇਹ ਮੈਂ ਤੁਹਾਨੂੰ ਕਈ ਵਾਰੀ ਸੁਣਾ ਚੁੱਕਾ ਅੱਲਾ ਦੀ ਮਿਹਰਬਾਨੀ ਨਾਲ, ਕਿ 70,000 ਡੋਰ ਹੈ ਸੂਰਜ ਨੂੰ ਨੂਰ ਦੀ, ਅਤੇ ਹਰ ਡੋਰ ਨਾਲ 70,000 ਫਰਿਸ਼ਤਾ, ਅਤੇ ਮੇਰੇ ਨਬੀ ਦੀ ਉਂਗਲ ਅੰਜ ਹੋਵੇ ਅਤੇ ਹਰ ਸ਼ੈ ਵਾਪਸ ਆ ਜਾਂਦੀ। ਮਾਲੂਮ ਹੋਇਆ ਨਾਲ ਇਸ਼ਾਰੇ ਦੇ, ਜਿਹਦੇ ਮੇਰੇ ਯਾਰ ਦੇ ਇਸ਼ਾਰਾ ਹੁੰਦਾ ਜਾਵੇ ਕਾਇਨਾਤ ਦੀ ਅਰਸ਼ ਉੱਤੇ ਲੱਗੀ ਜਾਂਦੀ। ਇਸ ਵਾਸਤੇ ਆਸਮਾਨ ਜੋ ਕੁਛ ਬਣਿਆ ਮੇਰੇ ਨਬੀ ਦੇ ਵਾਸਤੇ ਬਣਿਆ, ਜੋ ਕੁਛ ਰਹੇਗਾ ਮੇਰੇ ਨਬੀ ਦੇ ਵਾਸਤੇ ਰਹੇਗਾ, ਇਹ ਜੋ ਕੁਛ ਅਜ਼ਮਤ। ਨਾਰਾ ਤਕਬੀਰ, ਨਾਰਾ ਰਿਸਾਲਤ, ਨਾਰਾ ਹੈਦਰੀ, ਨਾਰਾ ਗੌਸੀਆ। ਇਸ ਵਾਸਤੇ ਹੁਣ ਮੈਂ ਜ਼ਿਕਰਾਰੇ ਕਰਨੀ ਹੈ, ਅਤੇ ਬਾਅਦ ਇਨਸ਼ਾਅੱਲਾ ਮੈਂ ਦੁਆ ਖੈਰ ਕਰਸਾਂ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਜੋ ਪਹਿਲੇ ਆਣ ਪਿੱਛੇ ਕਿਉਂ ਆਏ, ਪਹਿਲੇ ਜੋ ਆਣ ਅਤੇ ਪਿੱਛੇ ਕਿਉਂ ਆਏ, ਪਿੱਛੇ ਆਉਣ ਦੀ ਵਜ੍ਹਾ ਕੀ ਆਈ? ਅੱਲਾ ਦੀ ਜ਼ਾਤ ਪਾਕ ਫਰਮਾਇਆ ਜਿਤਨੇ ਨਬੀ ਅੱਲਾ ਨੇ ਬਣਾਏ ਨੇ ਉਹਨਾਂ ਨਾਲ ਵਾਅਦਾ ਕੀਤਾ ਹੈ ਕਿ ਮੇਰੇ ਯਾਰ ਦਾ ਤੁਹਾਨੂੰ ਜ਼ਿਕਰ ਕਰਨਾ ਵੇ। ਜ਼ਾਖਜ਼ ਅੱਲਾਹੋ ਮੀਸਾਕਨ ਨਬੀਹੀਨ ਲਮਾ ਆਤੈਤਕੁਮ ਮਿਨ ਕਿਤਾਬਿ ਵਹਿਕਮਤਿਨ ਸੁਮਾ ਜਾਅਕੁਮ ਰਸੂਲੁਮ ਮੁਸੱਦਿਕੁਲ ਲਿਮਾ ਮਾਅਕੁਮ ਲਤੁਮਿਨੁਨ ਬਿਹੀ ਵਲਤਨਸੁਰੁਨ।
मेरे महबूब के आवन नाल तुसा मेरे नबी दे गीत गाउणे अपनी नबूत छोड़ के मेरे नबी दे सिरे गाउणे मेरे नबी दी शान ते अजमत बयान करनी एक लाख ते 26,000 अंबिया अलैहि सलाम आ के पहले मेरे यार दे जिक्र करने इस वास्ते मेरा नबी आखरो समा बाद च आया ताकि सारे नबियों दे खुदा नाल वादा पूरा हो जाए तो अल्लाह करीम प्यारे महबूब अलैहि सलाम नू सब ते बाद च भेजिया ताकि नबूत मुकम्मल हो जाए मा कान मुहम्मदुन अबाहदे अहदे मिर रिजालकुम वला खाकिर रसूल अल्लाह व खातमन नबीहीन अल्लाह दे नबी ते नबूत बस कर कर अब दे नबी दे बाद और नबी दी लोड़ काई नहीं जितने नबी आए ने सारे मेरे नबी दी नबूत दे विच आए जितने नबी आए ने सारे मेरे नबी दी नबूत च आए मेरे नबी दी अव्वल भी नबूत है आखर भी नबूत है सारे नबी चले जाएंगे माशर आ जाएगा माशर के बाद भी मेरे आखर जमान नबी दी नबूत होएगी इस वास्ते दाई हलीमा नबी करीम दा अब्बा हजरत अब्दुल्ला नबी करीम दे अब्दुल मुतलब दादा जी आपका कुरैश खानदान आप मक्का दे अंदर पैदा हुए हैं तो मदीना शरीफ के अंदर आपका रोज़ा वसाल है हजूर का रोज़ा मुबारक जो मदीने शरीफ आपकी आमद की आवाज़ आई ना तो हज़रत अमीर हमसा आए आके फरमाया मदीने के लोगों जाग पाओ अखा खोल लो मदीने का भाई आ रहा है तुहाड़े कोल तुहाड़ी बड़ी खुशकिस्मती मस्जिद कुबा मदीने शरीफ तो 3 मील है तकरीबन पाकिया लफ्स 3 मील है तकरीबन उत्थे रसूल करीम आके 14 दिन बैठे रहे कितने दिन तशरीफ फरमा रहे ते मदीने दे लोग 14 दिन एवें बनाते रहे जिवें मियां शबान ने अपनी जगह नूं सजाया एवें कुमकुमे लेंदे रहे गल बनती रही मदीना सजदा रहा अल्लाह करीम ने फरमाया जावें जबरील वेख मदीने दा की हाल है अर्ज कीती या अल्लाह जे सच्ची गल पुछे ना तो मदीने की एक गली ते तेरी सारी जन्नत अजय मदीने की गली दा जिहड़ा रूप है तो सुसने ज्यादा 14वें दिन आर्डर आ गया भी आंदे पैण दिने खबर मिले भी अज नबी करीम आना है तो लोग की कर खजूर से चढ़ जा उच्चिया जगह के उत्ते खलो के वेख नबी करीम आ रहा है अल्लाह अकबर उच्ची जगह ते इंतजार करन दे वास्ते खड़े हो गए ने ते नबी करीम कोई खजी ते चढ़े है कोई पहाड़ ते चढ़े होया है कोई रुख ते चढ़ के इंतजार पिया करदा है ते वेखदे ने रसूल करीम कदों आवणगे उशाक लोग खलोते हुए पे वेखदे ने महबूब अलैहि सलाम अल्लाह अकबर चढ़ चढ़ वेखण पाक रसूल शाम होवे ते आखण नबी करीम नहीं आए हजूर अलैहि सलाम नहीं आए मैं अपने यार दा रस्ता वेखा मैं अपने यार दा रस्ता वेखा ते उच्ची जाई चढ़ के ते आउंदा यार ना नजरी आवे अंदर रोवा वड़ के चल दिला चल ढूंढण चलिए ते दिल दे सजन जो आए ते बिन तकलीफों मिलदे नाई ते महरम राज जो दिल दे चलिए चल दिला चल ढूंढण चलिए ते महरम राज जो दिल दे बिन तकलीफों मिलदे नाई सजन यार जो दिल दे 14 दिनों के बाद मेरे आका तशरीफ लाया आए तो डाची खरामा खरामा चलती जा रही है तो बच्चियाँ छोटिया छोटिया दिन आओ नहीं आप नबी दा मिलाद पढ़िए कोठे उत्ते चढ़ के ना तो दफ वजाई तो आदि यकीन अल्लाह अकबर आहा छोटिया छोटिया बच्चियाँ दे आंदिया ने वेखो नी वेखो वेखो नी वेखो सोना नौशा बारात दा नौशा दे मिंगर नौशा बारात दा तारियां विच चन 14वीं रात दा सइयां वेखण चाई चाई सइयां वेखण चाई चाई वेठो डोलिया तू पाक दीदार कराई अल्लाह अकबर वेखो नी वेखो सोने कर्म कमाया उजड़िया होया साडा नी देस वसाया अज वस पईयां उजड़ियां जाई वस पईयां उजड़ियां जाई वे ढोलिया तू पाक दीदार कराई
वेखो नी वेखो सयो कम महबूब दे टाची टा बह गई बूए हजरत अयूब दे अज वेखो नी वेखो सोने कम महबूब दे टाची टा बह गई बूए हजरत अयूब दे अज तेरिया हमद सनाई तेरिया हमद सनाई वे सोने तू पाक जमाल कराई दाई अली मां मेरे सोने नबी नू लैके घर आ गई ते जिहड़ियां बकरियां वो पछड़ा भी दुध ला लिया ते नबी करीम दे लामा ते करन रक्स जा मौलवियां थोड़े नाल तो बकरियां वध गईयां बकरियां नाले मारन छलौंगड़ियां नाले राजी होवण ते शुक्र करन या अल्लाह तेरी जात दा शुक्र है जो सानू अपना सोहना महबूब दिता है वो जिहड़ी बकरी एक आई ना वो जावे ही ना रसूल करीम दे अगे सामने बह के वेखदी रहे एक दिन भाई अलीमा आखदी है भाई बच्चा जो रसूल ने टुरन के हो गए दो साल के हो गए तो एक दिन अर्ज करते ने अम्मा अलीमा अज दिल पे करता मैं भी ना बकरियों नाल वग जावा शीमा बैण दे नाल जे गए ने तो आप दे कोलू बकरी वो शेर फड़ लई लैके चला गया दाई है भाई अलीमा नूं पता लगा तो आप तो बड़ी रुड़नी आप आए तो आपने फरमाया अम्मा रोंदी क्यों पाई अगे बेटा जी तेरी आई ना बकरी वह बिगाड़ लै गया आपने फरमाया मेरी मेरी शहर में तो पुछता ही कोई नहीं वो किवें लै गए आख लाई अलीमा पर चलिए नाल टुर पे तो अगे जाके आखते ने ओ जंगल दे शेरो जल्दी जल्दी आ जाओ मैं मुहम्मद तुहानू पुकार रहा शेर आ गया आपने फरमाया केड़ा जिस मेरी बकरी फड़ी है अर्ज की एक शेर आ उस अर्ज की हजूर भाई फड़ी आ फरमाया क्यों अगे हजूर मैंने सिक आई आपके दीदार दी तो तुहानू इस हीले वास्ते मैं उस बकरी नू फड़िया भी तुसी उहदी वजह नाल दीदार कराओगे तो आए हो तो जी आए बकरी हजूर में बहाई हुई है उन्होंने कहा पट्ठा देता रहना मोटी ताजी उन्होंने मैं उसकी खिदमत करता रहना मेरे आका मैं खावण की नीयत नहीं आती जिवें मीए शबान ने अपनी कोशिश करके हजूर का मिलाद मनाया जो मदीने के माई का करम हो जाए इस वास्ते सोहना राजी हो जाए अल्लाह प्यारे यार का सदका तुहाडी ते साडी हाजरी कबूल फरमावे ते साडी जिहड़ी कोशिश ये कबूल कर लवे ना आसमान होंदा जे जाहिर ना अरशां दा मेहमान होंदा ए शमसो कमर कहकशां ना सितारे ना जन्नत दा सामान होंदा ए जलवे ए मंजर ए रंगीन सारे मुहम्मद होवण ती होंदे होए ने सारे जद सोना उंगली हलावे ते चन ओदी उंगली ते नच नच दिखावे उपारे दे वांगू प्या दौड़ लावे जिधर बंग कमली वाले दा फरमान हुंदा वबाले ना इलर बरागुर मुबीन अल्लाह प्यारे यार दा सदका तुहाडी साडी सारे दितने काज कबूल फरमाए दुआ मांग लो तो मुड़ दुआ जो कुछ करते रहे अल्लाह मुसलला सैयदना آل سيدنا محمد ربنا آتنا في الدنيا حسنة وما في الآخرة حسنة وقنا عذاب النار ربنا آتنا ما وعدتنا على رسلك ولا تخزنا يوم القيامة إنك لا تخلف الميعاد يا الله ساری کوشش قبول فرما يا الله جو کچھ کیتا تیری رضا واسطے قبول فرما میں شبان کیتا یا اور دوستاں جنہاں بھی کیتا ساری ساریاں دی حاضری قبول فرما ساری نگری تے ساری وستی تے رحمت فرما یا اللہ جڑے آئے نے یا نہیں آئے سارے تے رحمت فرما دے یا اللہ سانو توفیق دے بڑھ چڑھ کے تیرے یار دا میلاد منایا کریے یا اللہ خیر اول خیر ظاہر خیر باطن خیر دین ایمان اسلام ملک دی خیر یا اللہ جڑے بیمار نے شفا نصیب فرما جنہیں تو اولاد نے صاحب اولاد کر دے جنہیں تو اولاد انہوں نے نیک بنا یا اللہ پیارے یار دا صدقہ ساری کوشش قبول فرما کے سانو توفیق دے کے بڑھ چڑھ کے بنائیے وصلی اللہ تعالی علی حبیب محمد والہ وسلم